ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਟਲੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉੱਤੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਨੰਗਲ ਵਿੱਚ NFL ਦਾ ਪ੍ਰੋਜੈਕਟ 6 ਲੱਖ ਮੀਟ੍ਰਿਕ ਟਨ ਯੂਰੀਆ ਦਾ ਉਤਪਾਦ ਕਰਦਾ ਹੈ ਅਤੇ ਉਸਦੀ ਕੁੱਲ ਸਮਰੱਥਾ 7000 ਮੀਟ੍ਰਿਕ ਟਨ ਹੈ, ਜਿਸਦੀ ਐਕਸਪੈਂਸ਼ਨ ਲਈ ਇਨਫਰਾਸਟ੍ਰਕਚਰ ਪੂਰਾ। ਉਹਨਾਂ ਆਖਿਆ ਕਿ ਕੇਂਦਰ ਵੱਲੋਂ ਇਸ ਪ੍ਰੋਜੈਕਟ ਲਈ 1100 ਕਰੋੜ ਰੁਪਏ ਦੀ ਬੈਂਕ ਗਰੰਟੀ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਉਹਨਾਂ ਆਖਿਆ ਕਿ ਇਸ ਪ੍ਰੋਜੈਕਟ ਦੇ ਨਾਲ ਜਿੱਥੇ ਯੂਰੀਆ ਉਤਪਾਦਨ ਵਧੇਗਾ ਉੱਥੇ ਹੀ ਨੌਕਰੀਆਂ ਵੀ ਪੈਦਾ ਹੋਣਗੀਆਂ। ਅੱਜ ਮਾਨਯੋਗ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਜੀ ਨੂੰ ਮੈਂ ਮਿਲਿਆ ਸੀ। ਮੇਰੇ ਹਲਕੇ ਦੀ ਜਿਹੜੀ NFL ਦਾ ਯੂਨਿਟ ਆ ਨੰਗਲ ਦੇ ਵਿੱਚ, ਉਹਦੀ ਐਕਸਪੈਂਸ਼ਨ ਦਾ ਮਾਮਲਾ ਕਾਫੀ ਦੇਰ ਦੀ ਫੈਲਾ ਹੀ ਆ, ਮੈਂ ਕਲੀਅਰ ਕਰਾਉਣ ਵਾਸਤੇ ਕਿਹਾ, ਕਿਉਂਕਿ 6 ਲੱਖ ਮੀਟ੍ਰਿਕ ਟਨ ਯੂਰੀਆ ਪੈਦਾ ਕਰਦਾ ਉਹ ਯੂਨਿਟ, ਅਤੇ 7 ਲੱਖ ਮੀਟ੍ਰਿਕ ਟਨ ਯੂਰੀਆ ਹੋਰ ਪੈਦਾ ਕਰਨ ਦੀ ਕਪੈਸਿਟੀ ਆ। ਉੱਥੇ ਬਿਲਡਿੰਗ ਵੀ ਆ, ਗੈਸ ਪਾਈਪ ਵੀ ਆ, ਸਾਰਾ ਕੁਛ ਇਨਫਰਾਸਟ੍ਰਕਚਰ ਪੂਰਾ, ਅਤੇ 5500 ਕਰੋੜ ਦੀ ਇਨਵੈਸਟਮੈਂਟ ਆ, ਜਿਹਦੇ 'ਚੋਂ 1100 ਕਰੋੜ ਦਾ ਤਕਰੀਬਨ ਬੈਂਕ ਗਰੰਟੀ ਭਾਰਤ ਸਰਕਾਰ ਨੇ ਦੇਣੀ ਆ। ਉਹਦੇ ਲਈ ਇਹਨਾਂ ਨੇ ਹਾਂ ਕੀਤੀ ਆ, ਔਰ ਮੈਂ ਸਮਝਦਾ ਕਿ ਜਲਦੀ ਹੀ ਇਹ ਕੰਮ ਸ਼ੁਰੂ ਹੋ ਜਾਏਗਾ।